ਨਹੀਂ ਮੈਂ ਤੂੰ ਆਖਿਆ ਰੋਟੀ ਮਿਲਦੀ ਤੇ ਖਾਣੀ ਆ ਲੰਗੇ ਨਾ ਰਾਤ ਨੂੰ ਆਈ ਮੇਰੇ ਹਲਾ ਤੂੰ ਤਾਂ ਇੱਥੇ ਵੀ ਕਹਿਣ ਡਿਆ ਇੱਥੇ ਖਵਾਤਾ ਹੀ ਕੀ ਬਾ ਮਿੱਠੀ ਲੱਸੀ ਮੇਹੇ ओह गल फिर तेरी पिछली बार आप कपड़े पलने नहीं नहीं ओदा तुम सारे पाए हाँ मैं कल्ले नाता है बस एक कल्ला नहीं नाता है बाकी सारे नाते नाता है वीर जी उठो गुरुआ इतने 9 बजे लगे हैं बस जज ने थोड़ी पूछना हम तो धुंध नहीं पीती बहाना नहीं बजना चलो जज साहब धुंध पै गई कहना पुत पा जी धुंध पी उठो भरा चप्पल पा के जान देंगे हाँ जो मर्जी पा गए तुम बाहर ही बहना इतने जो मर्जी पाजा गुरु देखो सही बाहर नहीं लगे किड्डा दिन चढ़िया है बर्फ नहीं पैनी तेन किड्डा सोहना चढ़िया इधर आखावा तेन पिंड का माहौल तू मामा शहर उठता 10 बजे तो जो उठता तो उदो भी हार न बजन देते जो सौंदा तो भी हार बजन देते यह शांति लभनी करी इधर तुम सैक करा के लिया हाँ किन्ने बजे चल 12 बजे सौंदा है 1 बजे सौंदा है तो ही हार बजन देते जो सवेरे उठता वा उठता तो 10-12 बजे उदो भी पा 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 टी 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 है इधर वे कुछ भी नहीं इधर वे इधर वे सही इधर वे सह शांति बोले सरपंच बिलकू पावलो कि पुत ठंड नहीं लगती तेन बाहर चाई च निकलिया भोलूआ जहा कि फिर है पूरी कितने बहर सच दसी झूठ मैं बोली घरे कद नहीं तड़के उठे आदमी माहौल खवा इधर माहौल आवे यार घट है डांस इधर में ओ भला है तेरा आप पाऊ कितने निकले वा है उधर वे है तुरनी चेक कर तू चल उस्ताद कुत्ते अंदर पे पहले तुसी केड़े एरिया जाना पसंद करोगे पार्क वाले एरिया जाना पसंद करोगे किधर पर इधर अपने कैफे 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 ताई ना चुकले समान साले आ फिर कैफे के पास ही जाना आ जा मेरा भरा है अल्लाह बे मित्रो करो चेक व्यू करा कैफे आ बड़े राज कौन जा गुरुआ तुहानू की पता फिर पुछ पुछ जो बेचारे बाहर रेंदे शहर इधर वे है घट भी नहीं आते भरा पैराग्लाइडिंग शुरू करा जिन्नी तारीफ पर बड़ा सोहना आ व्यू आप रोज आने अपन तां नहीं लगन डिया बदल ही कनेडा वाले इतने मंगाए मुंडे कैफे चो हो गए गर्म हो गए आ गए सैलून जाना मेकअप आर्टिस्ट ब्लैक आ जा आ जा ढिलो ही मेकअप आर्टिस्ट तेन सवार लगा इधर आ बड़ा या हो जाओ तैयार भरावा लेट करता या ये रोटी खानी क्या सिखाने अपने तैयार है रख दे बूथ रख दे मेरे ठंडे जाने की फोटो खिंचो महाराज मना किया दस ये भरा नहीं नहीं भरा जिन्नी मर्जी खिंचो ढाडिया गड्डिया होर दसो सेवा है भरा लुधियाने यार बंदे बहुत प्यार करते सारे लाओ जू आ तुम आ गए जे बाकी मैं ऐतवार टाइम दिता कि भीर ऐतवार आयो
ਨਾ ਨਾ ਮੇਰੇ ਯਾਰ ਮਿਹਰਬਾਨੀ ਵਾਲੀ ਕਿਹੜੀ ਗੱਲ ਹੈ ਪੂਨਨ ਦੀ ਸਾਰ ਨੂੰ ਮਿਣਦੇ ਉੱਠਿਆ ਸਭ ਤੋਂ ਪਹਿਲਾਂ ਤਿਆਰ ਰੋਟੀ ਖਾ ਲਈ ਨੇ ਵੇਲਾ ਗੁਰੀ ਸਾਹਿਬ ਹੈ ਗੱਲ ਤੇ ਹਰ ਜਬਾਨ ਹੁੰਦਾ ਨਹੀਂ ਫਿਰ ਇਹੋ ਕੁਝ ਕਰਨਾ ਨਾ ਨਾ ਹੁੰਦਾ ਯਾਰ ਨਤੀਜਾ ਜੇ ਮੇਰੇ ਵੀਰੋ ਬਾਬੂ ਕਿੱਥੇ ਆ ਬਾਬੂ ਕਿੱਥੇ ਆ ਸਭ ਤੋਂ ਛੋਟਾ ਤੁਹਾਡੇ ਤੋਂ ਬਾਬੂ ਉੱਠਦੇ ਨੀ ਬਾਹਰ ਮਿਸਤਰੀ ਆ ਕੇ ਬੈਠੇ ਆ ਕੰਮ ਕੁੰਮ ਕਰਾਓ ਉੱਠ ਕੇ ਅੱਜ ਪਤਾ ਕਿਹੜਾ ਕੰਮ ਕਰਾਉਣਾ ਜੀ ਹਾਂ ਉਹ ਗੱਲ ਕਹਿੰਦੇ ਬਾਬੂ ਕਹਿੰਦਾ ਸਰੀਰ ਕਮਾਏ ਆ ਖੁਰਾਕਾਂ ਪਤਾ ਕਿੰਨੀਆਂ ਰਾਤ ਨੂੰ ਐਵੇਂ ਨਹੀਂ ਸ਼ਹਿਰਾਂ ਦੁੱਧ ਕੋਲ ਕੋਲ ਪੀਂਦਾ ਬਾਬੂ ਲੰਘ ਗਿਆ ਨਾ ਰਾਤ ਨੂੰ ਆਈ ਮੇਰੇ ਚਲੋ ਆ ਜਾ ਚਾਹ ਬਾਹਰ ਬੰਦਿਆਂ ਦੀ ਉਹਨਾਂ ਨੂੰ ਦੇ ਦੋ ਨਾ ਆਪਣੀ ਆਪਣੀ ਬੰਗੀ ਆਹ ਇੱਕ ਉਮਤਰਾ ਚੱਲਦਾ ਨੀ ਗੈਸ ਥੋੜੀ ਪੀ ਲਾਏ ਬਾਬੂ ਆ ਜਾ ਲਿਆ ਸਿਲੰਡਰ ਜੰਮ ਜੂਗਾ ਨਾ ਯਾਰ ਮੈਨੂੰ ਨੀਵੇਂ ਸਾਹਿਬ ਆ ਦਿਓ ਸਿਲੰਡਰ ਨਹੀਂ ਮੈਂ ਜੰਮਣ ਦਿੰਦਾ ਖਰਾਬੀਆਂ ਕਰਦਾ ਵਾ ਉਹਦੇ ਇੰਜੈਕਸ਼ਨ ਲਵਾ ਦਿਆ ਜੀ ਫਿਰ ਕੋਈ ਨੀ ਤੁਰਿਆ ਫਿਰ ਉਹਦੇ ਲਾਗੇ ਦੰਦੀ ਨੀ ਮਰਦਾ ਤੇ ਪੈਂਥਰ ਪੁੱਤ ਖਰਾਬੀ ਨੀ ਕਰਨੀ ਹੈ ਸੋਹਣਿਆ ਤੈਨੂੰ ਇੰਨਾ ਪਿਆਰ ਆ ਠੀਕ ਹੈ ਕੁੱਤ ਸੋਹਣਾ ਜਿਹਾ ਆ ਗਿਆ ਮੈਂ ਚੰਗਾ ਪਰ ਉਹਨੇ ਕਰਾ ਲਿਓ ਕੰਮ ਹੈ ਸਰਪੰਚ ਇੱਧਰ ਹੋ ਗਿਆ ਨਾ ਕਰਾਤਾ ਆ ਪਹਿਲਾਂ ਕਰਾ ਲਈ ਟੁੱਟਣ ਲੱਗੇ ਨਾ ਹਾਂ ਆਹ ਸਾਰੀ ਪਿੱਲਾਂ ਇਹਦੇ ਨਾਲ ਦੀ ਨਾ ਸੇਮ ਇਹਦੇ ਬਰਾਬਰ ਦੀ ਕਰਾਉਣੀ ਮਿਸਤਰੀ ਕੋਲ ਠੀਕ ਹੈ ਹਾਂ ਮੈਂ ਆਉਂਦਾ ਫਿਰ ਠੀਕ ਹੈ ਕਾਲੇ ਆ ਗਿਆ ਫਿਰ ਮੈਂ ਕਰਾਓ ਤੁਸੀਂ ਇਹ ਸੱਜੀਓ ਬੈਠੀਆਂ ਵਿੱਚ ਸੱਜ ਕੇ ਹੈ ਜਿਸ ਤੋਂ ਗੱਡੀ ਲੇਟ ਹੋਣਾ ਉਹ ਲੈ ਡਰਾਈਵਰ ਨਾਲ ਨੂੰ ਬਾਦਸ਼ਾਹ ਹਾਂ ਕਹਿੰਦਾ ਗੱਲ ਉਹ ਤੇਰਾ ਪੜਾ ਜੇ ਕੀ ਗੱਲ ਹੋ ਗਈ ਆ ਮੈਂ ਐਕਚੁਅਲੀ ਮੇਰਾ ਨਜ਼ਲਾ ਵਗ ਰਿਹਾ ਬਹੁਤ ਐਕਚੁਅਲੀ ਮੇਰਾ ਨਜ਼ਲਾ ਹੋ ਰਿਹਾ ਐਕਚੁਅਲੀ ਕੀ ਆ ਵਾ ਹਾਂ ਸਾਲ ਲਗਾ ਲਿਮਕਾ ਪੀਣ ਗਏ ਮੁੰਡੇ ਕਿਹੜੀ ਗੱਲੋਂ ਪੀਣ ਗਏ ਨੀ ਮੈਨੂੰ ਪਤਾ ਹੈ ਲੱਕੀ ਬਹੁਤ ਜਿਆਦਾ ਪਰੇਸ਼ਾਨ ਹੋਇਆ ਟੋਲ ਤੇ ਫੇਰ ਟੋਲ ਆ ਗਿਆ ਹੈ ਇਹੀ ਹਾਲ ਰਿਹਾ ਸਾਈਕਲ ਲੈਣਾ ਪੈ ਜਾਣਾ ਸੜਕਾਂ ਬਣਾ ਦੀਆਂ ਕਰਤਾ ਚੋਂਕਾਂ ਫੇਰ ਹੱਥ ਬਣਦੇ ਆਪਣੇ ਪੈਸੇ ਦੀਆਂ ਲੋਕੀ ਕਿਉਂ ਨੀ ਸੋਚਦੇ ਭਾਜੇ ਭਾਜੇ ਮੂੰਹ ਚੁੱਕ ਕੇ ਵੋਟਾਂ ਪਾ ਦਿੰਦੇ ਟੂਲ ਦੇ ਕਮਲੇ ਦਾ ਪਿਆ ਸਾਰਾ ਮੁਲਕ ਦਾ ਜਿੰਨੇ ਦਾ ਤੇਲ ਆ ਉਨੇ ਦਾ ਪਿੱਛੇ ਦਾ ਮਰਨ ਕਰਾਤਾ ਵੇ ਲਾਗੇ ਇਹਨਾਂ ਨੂੰ ਚਾਹੀਦਾ ਇੱਕ ਹਸਪੀਟਲ ਵੀ ਬਣਾ ਦੇ ਲੱਗੀ ਅਰ ਕੇ ਟੈਕ ਹੋ ਰਿਹਾ ਸਾਹਮਣੇ ਐਮਰਜੈਂਸੀ ਵਾਰਡ ਤੇ ਲੈ ਲਈ ਟੋਲ ਟੁੱਟ ਗਿਆ ਹੈ ਫੇਰ ਆ ਗਿਆ ₹150 ਸਹੀ ਗੱਲ ਆ ਜੀ ਵੈਲਕਮ ਬਠਿੰਡਾ ਜੀ ਬਈ ਲਵ ਯੂ ਬਠਿੰਡੇ ਵਾਲਿਓ ਇਹ ਲੈ ਕੇ ਚੱਲਿਆ ਪਤਾ ਨਹੀਂ ਕਿੱਥੇ ਤੈਨੂੰ ਆਖਿਆ ਮੈਂ ਭੁੱਖ ਬੜੀ ਲੱਗੀ ਉਹ ਮੇਰੇ ਵੱਲੋਂ ਵੀ ਇਹੀ ਹੈ ਬਠਿੰਡੇ ਵਾਲਿਓ ਅੱਜ ਆਪਾਂ ਕੁਛ ਕੋਰਟ ਦੇ ਵਿੱਚ ਵੀ ਲੰਚ ਟਾਈਮ ਹੋ ਗਿਆ ਤੇ ਅਸੀਂ ਵੀ ਇਹ ਕੁਛ ਖਾ ਲਈਏ ਨਵਾਂ
ਲੋਕੇਸ਼ਨ ਲੈਣੀ ਹੋ ਨਹੀਂ ਇਹ ਕਹਿੰਦਾ ਪਹਿਲਾਂ ਕੁਝ ਖਾਈਏ ਠੀਕ ਆ ਭਰਾ ਪਹਿਲਾਂ ਕੁਝ ਖਾ ਲੈਂਦੇ ਆ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਇਹੋ ਜਿਹੇ ਬੰਦੇ ਹੈਗੇ ਨਾ ਤਾਂ ਵੀ ਲੋਕੇਸ਼ਨ ਲਾ ਕੇ ਗਲਤ ਚੱਲ ਗਿਆ ਵਾ मैं बहर लग जाना मैं नी बहर जाना लकी पुराना फ्लावर कानून भी हमको लाइक करता है वो बार बार बुला रहा है अच्छा लगता है ना इतनी दूर से आने का रोटी खाओ भरा कि मैं ढाबे डुबे देखो मेरा खर्चा बड़ा आता मेरा ਅੱਜ ਮੈਨੂੰ ਕੋਈ ਰੈਸਟੋਰੈਂਟ ਦਾ ਕੋਈ ਨਾਂ ਨਾ ਲਵੇ ਅੱਜ ਮੇਰੇ ਕੋਲ ਬਾਏ 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 ਬਠਿੰਡਾ ਬਾਸੋ ਭਰਾਵਾ ਨਵਾਂ ਲਵਾਇਆ ਇਹਨੇ ਵੇ ਹੋਏ ਮੈਂਟਲ ਧਾਰਨਾ ਤਾਂ ਮਿਸਯੂਜ਼ ਕਰਦੇ ਆ ਹੁਣ ਕੀ ਕਹਾਂ ਲੂਸੇ ਕੇ ਥਾਂ ਦੇ ਆਹ ਹਰਨੇ ਕੰਮ ਹੁੰਦਾ ਕਿ ਲਵਾ ਲਿਆ ਮਰੀ ਜਾਣਾ ਵਾ ਲੋ ਵੀ ਟੂਨ ਲੰਘੇ ਆ ਤੇ ਲੱਖੀ ਆਏ ਵੇ रोटी मामा तू ना तेरी सोई जी बड़ी फिरदे जे बह जाओ टाइम तो लगना ही होना चार पांच प्लेटा निकलिया दाल जी मंगा लिया तुसी ते तुहानू कित्थे आ उस्ताद आ जा बाल्टी नू जिडिया हां बोल की बोल लगा बोल मैं ना नहीं करता बोलन दोगे किसी हां बोल फड़ो यार चाह पियो यार चाओ 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 होइए चाओ चाई कहंदा पेट्रोल पटियाले सारी हो जाता कम अपने
ਹਰ ਸਾਲ ਗਿਫਟ ਪਰਚੇ ਵਾਲਾ ਹਰ ਸਾਲ ਗਿਫਟ ਪਰਚੇ ਵਾਲਾ ਭੈਣ ਚ ਨਹੀਂ ਆਈ ਤੇ ਖਾ ਲੈਣੇ ਕਰੀਏ ਗਰੀਬੀ ਨਾਲ ਕੈਮਰਾ ਕਰਿਓ ਖਾਲੋ ਵੀਰ ਸਾਜੀ ਇੱਧਰ ਵੇਖਿਓ ਤੇਲ ਪੈ ਗਿਆ ਤਿੰਨੇ ਵੇਲਾ ਨੇਰਾ ਹੋ ਗਿਆ ਇੱਥੋਂ ਮੜਨਾ ਹੀ ਆ ਜੂ ਟਰਨ ਤੋਂ ਲੈ ਵੀ ਲੈ ਜੇ ਬਾਜੀ ਹੈਗੀ ਬਾ ਲਾਵਾਂਗੇ ਲਾਵਾਂਗੇ ਥਰਾਉਟ ਹੋ ਜਾਣਾ ਯਾਰ बापू वे उतरे कर फिर को ना कुछ डाई है मेरे हिसाब ना बूटे आए यार एडे ट्रक जाके बूटे है बड़े ही शुरू इधर कंध भी करती है ना निगी निगी कल गल है ओके रोड़ो ना काम आ सीधी इधरों सीधी राह पार्क और शाह जी ठीक ठाक जी बूटे लै गए ली इतने बनी पहाड़ी बूटे वाला जगार तुम सवेरे खाऊंगा मैं नेरा फिलहाल तो हिंदवाई है इन्हों पेंथर तू उधर मुक जाना आओ तो हाँ जी अरे पत जा तेन खुला नहीं छड़ते तू खराबियां कर तेन ता नहीं छड़ते मेरी जान हाय आ जा अरे पुत जा किदा फिर ठीक है जी ओदा किस लगना सारे बंदे इत्थे पेंड आ जगन दा जी लग जूगा हां पा वेख ले पांड के दिन आ जा हां हां मैं भगवंडर उना दे बच्चियां दे जगन तू आज नहीं आना तुर पाओ नहीं जगन दे देने अज जफी भी हाथ में जफी भी पाल इधर है नहीं तेन सुटदा दसदा नहीं तू तो मामा लगता भी नकली जान ना रहता पैदा पाबलो कह रहे ना दो सोचे ही एक सोचा है गब्बर ते एक पाबलो गब्बर दे बहुत कमेंट आए होर भी बड़े सोहने कमेंट आए कुत्ते आप दो होर लियाने फिर उन्होंने भी फिर करा एक दो ना होर सोचे एक लिया रोड बेलर एक लिया जर्मन शैवर तो महीने तक लैके आवेंगे ना एक लैके आवेंगे बेला ठीक है हाँ वाए पाबलो लेड़े ही होने दे खादा सैकल लैके जा तो तू बस होना इन एक सवा दो वेखी होने जिते इतने पाता इतने सवाना वेखी ले बर्बाद हुई है सौ गए जा रहे हैं रोटी खाधी पर पूछ खड़ी रखता है इधर वे मान चलिए लगे जिम चलिए आइए कार चाहिए कपड़े पाए से नवे आप माणो कितना पता हम की हाल है हुन इन्हें पा जाना वेखी ए ए ए हां ओके ए आ सारे एक्सरसाइज फोन चो निकलता गुरुआ हां देखो कर की वखा ओ नहीं गुरुआ टलोली गल नहीं बननी मारो ओहो ਤੈਨੂੰ ਬਾਸ਼ ਹੋ ਗਿਆ ਲੱਕ ਨੂੰ ਵਾਲ ਬੋਲਾ ਬੋਲੀ ਮਾਮਾ ਆਪਣਾ ਨੀ ਐਪਸੂਟ ਨਿਕਲ ਇਦਾਂ ਦਾ ਰਹਿਣਾ ਢਿੱਡ ਜਾ ਢਿੱਡ ਨਹੀਂ ਰਹੇ ਵੀ ਬਾਬਾ
ਚਲੀਏ ਨਹੀਂ ਕਰਨਾ ਜੀ ਜੇ ਇਹਨੂੰ ਪਹਿਲਾਂ ਲੈ ਆਉਂਦੇ ਐਕਸਲ ਲਾਉਂਦੇ ਨੀ ਸਾਲੇ ਦੇ ਹੈ ਆਓ ਚਲੀਏ ਚਲੀਏ ਭਰਾ ਚਲੋ ਜੀ ਚਲੋ ਕੇ ਕੱਟਣਾ ਸ਼ਾਲੂ ਪਾ ਦਾ ਬਰਥਡੇ ਆ ਦੇ ਹੈ ਉਹਨੇ ਰੋਟੀ ਨਹੀਂ ਖਾਧੀ ਹੋਣੀ ਟਰਣੀ ਹੋਣ ਦੇ ਕੇ ਖਾਵਾਂਗੇ ਕੇਕ ਲਿਆਂਦਾ ਭਰਾ ਦਾ ਬਰਥਡੇ ਕੇਕ ਨਾ ਲੈ ਕੇ ਜਾਈਏ ਕਿੱਦਾਂ ਸਕਦਾ ਆ ਜਾਓ ਚੰਗਾ ਸਾਗਰ ਭਰਾ ਪੁਰਾਣੇ ਖੁੰਡੇ ਤੇ ਪਾੜ ਦਿੰਦੇ ਆ ਕਿਹੜਾ ਫਲੇਵਰ ਸਾਲੇ ਇਹੋ ਜਿਹੀ ਗੱਲਾਂ ਕਰਿਆ ਕਰੋ ਵਿਚਾਰੇ ਕਈ ਬਲੌਗ ਜਿਹੜੇ ਆਪਣਾ ਵੇਹਦੇ ਰੋਟੀ ਖਾਣੇ ਹੁੰਦੇ ਆ ਬੜੇ ਸਵਾਦ ਨਾਲ ਇਹਦੇ ਵਲੌਗ ਦੇ ਵਿੱਚ ਤੁਸੀਂ ਇਹੋ ਜਿਹੀ ਜਦੋਂ ਗੱਲ ਕਰ ਦਿੰਦੇ ਨਾ ਹੈਗੀ ਕੋਈ ਚੀਜ਼ ਏਡੀ ਗੱਲ ਵਾਲੀ ਨਹੀਂ ਆ ਮੇਰੀ ਗੱਲ ਸੁਣ ਮਾੜੀ ਚੀਜ਼ ਨੀ ਮੈਂ ਇਹਨੂੰ ਮਾੜੀ ਚੀਜ਼ ਨੀ ਗਿਣਦਾ ਆਉਂਦੀ ਤਾਂ ਆਪਣੇ ਅੰਦਰੋਂ ਹੀ ਆ ਤਾਂ ਕਰਕੇ ਇਹ ਗੱਲ ਕੀ ਆ ਕਿ ਹੁਣ ਕਈ ਜਿਹੜੇ ਅੰਗਰੇਜ਼ ਆ ਉਹ ਕਹਿੰਦੇ ਪੋਟੀ ਕਈ ਆਪਾਂ ਕਹਿੰਦੇ ਟੱਟੀ ਹੈ ਤੇ ਸਾਲੀ ਪੋਟੀ ਕਿਉਂ ਹੁਣ ਸਾਲੀ ਬਦਲ ਥੋੜੀ ਜਾਣੀ ਹੈ ਦੱਸ ਉਹ ਵੱਡੇ ਬੋਏ ਵੱਡੇ ਬੋਏ ਭਰਾ ਵੱਡੇ ਬੋਏ ਵੱਡੇ ਬੋਏ ਵੱਡੇ ਬੋਏ ਹੈਪੀ ਵੱਡੇ ਵੱਡੇ ਡੂ ਯੂ ਵੱਡੇ ਪਦ ਮਾਰੇ ਨੂੰ ਵਾਟ ਦਾ ਫੱਕ ਬ੍ਰੋ ਪਦ ਮਾਰੇ ਨੂੰ ਨਹੀਂ ਮੈਂ ਤੇ ਬੁੱਸੀ ਮਾਰੀ ਆਪਣੇ ਵੱਲੋਂ ਸਾਰੇ ਕਿਹੜੀ ਗੱਲ ਸ਼ੋਕ ਨੇ ਅੱਜ ਪੂਰਾ ਵਿਆਹ ਤੋਂ ਆਇਆ ਲੱਗਦਾ ਮੈਨੂੰ ਹੈ ਖਾਵਾਂਗੇ ਛੇਤੀ ਕੱਟ ਗੁਰੂ ਲਿਆ ਨੀ ਜਾਣ ਡਿਆ ਮੁੰਡਿਆ ਜਿਮ ਲਾਇਆ ਸੀ ਚਲੋ ਵੀ ਮਾਰੋ ਤਾੜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਅਸੀਂ ਖਵਾ ਤੈਨੂੰ ਖਾਂਦਾ ਨੀ ਯਾਰ ਚੜ੍ਹਦੀ ਕਲਾ ਚ ਰੱਖੇ ਭਰਾ ਨੂੰ ਪਾਈ ਮਾੜਾ ਜਾ ਸਤਾਜੀ ਨੂੰ ਬੋਲਣ ਆਣਾ ਕੇ ਦਾਲ ਦੂਲ ਪੈਕ ਕਰਾ ਦੀ ਤੁਹਾਡੇ ਵਾਸਤੇ ਸੋ ਗਏ ਬਹੁਤ ਟਾਈਮ ਕਿੰਨਾ ਹੋ ਗਿਆ ਬਿੱਲਾ ਬਿੱਲਾ ਮਾਰ ਕੇ ਸੁੱਤੇ ਹੋਣੇ ਖੋਲਿਆ ਨੀ ਮਾਰੋ ਬਿਕਰ ਸਿੰਘ ਜੀ ਸਰਦਾਰ ਬਿਕਰ ਸਿੰਘ ਸਰਦਾਰ ਸਾਹਿਬ ਉਹ ਭਰਾਵਾ ਇਹਨੂੰ ਲੈ ਬਸ ਫੋਨ ਨਹੀਂ ਕਰਤਾ ਉਹਨਾਂ ਨੇ ਸਿੱਧਾ ਮੈਂ ਫੋਨ ਕਰਦਾ ਸਰ ਬਿਕਰ ਸਿੰਘ ਦੀ ਚਾਬੀ ਕਹਾਂ ਹੈ ਬਿਕਰ ਸਿੰਘ ਜੀ ਤਾਂ ਇੱਧਰ ਆਇਆ
ਉਧਰੇ ਗੁਰੀ ਵੇਖ ਕਿਦਾਂ ਫਿਰਨੇ ਤਾਂ ਸਕਾਈ ਵਾਕ ਤੇ ਨਹੀਂ ਜਾਣਦਾ ਉਧਰੇ ਉਧਰੇ ਕੱਲਾ ਤੇਰੇ ਫਤਾ ਤੇਰੇ ਲੋਰ ਚ ਵੇ ਉਧਰੇ ਉਧਰੇ ਐ ਐ ਗੁਰੀ ਵੀਰ ਨਾ ਉਧਰੇ ਐ ਐ ਉਹ ਸਾਹਮਣੇ ਹੱਥ ਲਾ ਗਿਆ ਭੁੱਖ ਲੱਗ ਗਈ ਭੁੱਖ ਸਾਹਮਣੇ ਹੱਥ ਲਾ ਗਿਆ ਉਸਤਾਦ ਜੀ ਵੇਖ ਵੇ ਉਧਰੇ ਹੁਣ ਦੇਖਿਆ ਨੇ ਬਲੌਗ ਬਣ ਡਿਆ ਹੀ ਮੁੜ ਗਿਆ ਫਿਰ ਉਹ ਗੁਰੂ ਆ ਕੱਲਾ ਤੇਰੇ ਫਤਾ ਗਵਾਚਣਾ ਹੀ ਜਦੋਂ ਬੰਦੇ ਨੇ ਵਰਦੀ ਨਾ ਪਾਈ ਹੋਵੇ ਜਦੋਂ ਬੰਦੇ ਨੇ ਵਰਦੀ ਨਾ ਪਾਈ ਫਿਰ ਭਲਾ ਕਿਹੜਾ ਸਲੂਟ ਮਾਰੀਦਾ ਦੱਸੀ ਤੇਰੀ ਭੈਣ ਨੂੰ ਹੱਥ ਸਿੱਧੇ ਕਰਕੇ ਮਾਰੀਦਾ ਮਾਮਾ ਮਿੱਠੀ ਲੱਸੀ ਮਿੱਠੀ ਲੱਸੀ ਮੂੰਹ ਤੇ ਬੜਾ ਪਾਉਂਦਾ ਤੂੰ ਨਹੀਂ ਪਾਇਆ ਮੁਲਾਜ਼ਮ ਹੁੰਦੇ ਅਸੀਂ ਸਾਡੇ ਭਰਾ ਹੈਗੇ ਇਹਨੂੰ ਪਤਾ ਨਹੀਂ ਆਲੂ ਜੀ ਨਹੀਂ ਦਿੱਤੇ ਯਾਰ ਨਵੇਂ ਆਲੂ ਜੀ ਉਹ ਸਟੋਰ ਪਾਈ ਯਾਰ ਲੱਸੀ ਦੇ ਪਿਆ ਉਹਨੂੰ ਮੁੱਛਾਂ ਲਿਪੜ ਜਾਣੀ ਹੈ ਪੜੀ ਆ ਉਹ ਹੁਣ ਕਰਨੀ ਗੱਲ ਓਏ ਲੈ ਆਪਾਂ ਕਿਹੜਾ ਝੂਠ ਬੋਲਣਾ ਇੱਥੇ ਆ ਪੈਸੇ ਖਰਾਬ ਕਰਨ ਵਾਲੀ ਗੱਲ ਆ ਆਹ ਰੋਟੀ ਖਾਧੀ ਆ ਆ ਲੈ ਸਾਰਾ ਪਾਪੜ ਜਿਹਾ ਲਿਆ ਕੇ ਫੜਾਤਾ ਹੈ ਨਾ ਜੀ ਇਹ ਚੀਜ਼ ਨਾ ਜ਼ਿਆਦਾ ਹੋਵੇ ਨਾ ਛਾਲੂ ਇਹੋ ਕੁਝ ਹੁੰਦਾ ਵਾ ਪਿਆ ਸਾਰਾ ਸਮਾਨ ਅੱਧਾ ਗੜੀ ਨਾ ਸਵਾਦ ਨਾ ਸਟਾਰਟ ਕੀਤਾ ਨਾ ਸਵਾਦ ਨਾ ਸੁਣਦਾ ਤੂੰ ਆਪ ਭੁੱਖਾ ਮਰਿਆ ਖਾਈ ਜਾਂਦੇ ਆਹੋ ਲੈ ਗਿਆ ਮੈਂ ਨੇ ਲੈ ਗਿਆ ਹਾਂ ਤੁਸੀਂ ਆ ਹੀ ਵੇਲੀ ਰੁਕਣਾ ਗੁਰੂ ਆ ਰੋਟੀ ਤਾਂ ਕੀ ਖਾਵਾਂਗੇ ਨਾ ਪਾਪੜ ਬਣੇ ਨੇ ਹਾਂ ਤੇ ਆ ਸ਼ਾਹ ਸਪੈਸ਼ਲ ਯਾਰ ਲੈ ਸਪੈਸ਼ਲ ਆਈ ਅੰਦਰ ਉਸਤਾਦ ਜੀ ਪਿਆਰ ਪਾ ਕੇ ਭੇਜਿਆ ਗੁਰੂ ਇੰਨੇ ਪੈਸੇ ਆਪਾਂ ਖਰਚਦੇ ਹਾਂ ਥਾਂ ਥਾਂ ਕਿੰਨਾ ਸਮਾਨ ਆਪਾਂ ਮੰਗਾਇਆ ਵਾ 1000 ਰੁਪਏ ਦਾ ਤੇ ਆਹ ਦੱਸ ਆਹ 1000 ਰੁਪਏ ਦਾ ਖਾਣਾ ਨਾ ਹੀ ਇਹਦਾ ਹੈ ਨਹੀਂ ਪੱਲੇ ਕੁਝ ਵੀ ਇਹਨਾਂ ਦੇ ਜੇ ਸਾਲਾ ਮੈਨੂੰ ਬਾਅਦ ਗਾਂ ਤੋਂ ਆਖਿਆ ਰੋਟੀ ਮਿਲਦੀ ਤੇ ਖਾਣੀ ਆ ਉਹ ਲੰਮੇ ਪਾਗਾ ਤੈਨੂੰ ਮੈਂ ਤੈਨੂੰ ਆਖਿਆ ਸੀ ਸ਼ਹਿਰ ਜਾਣਾ ਤੂੰ ਆਖਿਆ ਦੂਰ ਪੈ ਜਾਣਾ ਤੂੰ ਕਹਿੰਦਾ ਦੂਰ ਪੈ ਜਾਣਾ ਚਲੋ ਇਹ ਫੈਸਲਾ ਗਲਤ ਲਿਆ ਗਿਆ ਸਾਡੇ ਕੋਲ ਪਰ ਮੇਰਾ ਵੀ ਨਹੀਂ ਫੈਸਲਾ 20000 ਰੁਪਇਆ 2000 ਤੂੰ ਖੂਹ ਖਾਤੇ ਪਵਾ ਕੇ ਰੱਖਤਾ ਸੀ ਉਦਾਂ ਘੁੰਮਣ ਫਿਰਨਾ ਆ ਜਾ ਕਰਾਂਗੇ ਪਰ ਰੋਟੀ ਨਹੀਂ ਖਾਣੀ ਇੱਥੋਂ ਰੋਟੀ ਉੱਥੋਂ ਖਾਣੀ ਕੀ ਕਹਿਣ ਡਿਆ ਭੁੱਖ ਲੱਗੀ ਹੋਵੇ ਨਾ ਭੁੱਖ ਲੱਗੀ ਹੋਵੇ ਖਾ ਲਿਆ ਹੋਰ ਨੀ ਗੱਲ ਕੋਈ ਉਧਰੇ ਭਾਈ ਦਾ ਹੀ ਸਾਲਾ ਹੁਣ ਚੰਗਾ ਬਾਏ ਬਾਏ ਆ ਜਾਓ ਛੱਡ ਕੇ ਇਹਨੂੰ ਟਾਈਮ ਸਰ ਸ਼ਾਮ ਨੂੰ ਲਾਈਏ ਆਓ ਚੱਲੀਏ ਬਾਹਰ ਲੈ ਬਈ ਸੋਢੀ ਆ ਲੱਗੇ ਪਹੁੰਚ ਆਪਾਂ ਤੇ ਨੰਨੂ ਨੂੰ ਛੱਡਣ ਗਿਆ ਯਾਰ ਗੁਰੀ ਹੋਣੀ ਜਾਂਦੀਆਂ ਚੱਕਣਗੇ ਇੱਥੋਂ ਅਤੇ 11:30 ਵਜੇ ਲੱਗੇ ਗੁਰੂਆ ਟਾਈਮ ਬੜਾ ਆ ਗਿਆ ਅਤੇ ਫਿਰ ਜਾ ਕੇ ਹਜੇ ਬਲੌਗ ਐਡਿਟ ਕਰਨਾ ਫਿਰ ਜਾ ਕੇ ਸੋਣਾ ਚੱਲ ਵੀ ਚਾਚਾ ਸੋਢੀ ਲਾ ਗੱਡੀ ਅੰਦਰ ਖਰਾਬੀਆਂ ਕਰਦਾ ਤੂੰ ਮਾਮਾ ਤੇਰੇ ਮੇਰੀ ਗੱਡੀ 'ਚ ਮੂਲ ਗਿਆ ਹੈਂ ਕਰਦਾ ਨਹੀਂ ਆ ਜਾ ਆਪਣੇ ਬੰਦੇ ਆ ਆਪਣੇ ਆਈ ਗੱਡੀ ਆਪਣੇ ਆਪਣੇ ਬੰਦੇ ਪਤਾ ਆਪਣੇ ਬੜੀ ਗੁਰੂ ਆ ਬਸ 1:12 ਮੈਨੂੰ ਛੱਡ ਕੇ ਚਲੋ ਜੀ ਚੱਲੀਏ ਲੈ ਵੀ ਪਹੁੰਚ ਗਏ ਆਪਾਂ ਘਰੇ
ਅੱਜ ਲੇਟ ਬਹੁਤ ਹੋ ਗਏ ਨਾ ਯਾਰ ਕੱਲ ਤੋਂ ਟਾਈਮ ਸਰ 12:30 ਹੋ ਗਏ ਹਜੇ ਵਲੌਗ ਐਡਿਟ ਕਰਨਾ ਹੈ ਮੈਨੂੰ ਮੈਨੂੰ ਵੱਜਣੇ 2 ਚੱਲ ਵੀ ਸਵੇਰੇ ਉੱਠ ਕੇ ਪਹਿਲਾਂ ਬੂਟੇ ਗਿਣਨੇ ਆਪਾਂ ਸਾਰੇ ਗਿਣਨੇ ਆ ਜਿਹੜਾ ਉਹਨੂੰ ਵੀ ਮੈਂ ਕਰਕੇ ਗਿਣਤੀ ਮਿਣਤੀ ਇਹਦੇ ਪਿੱਛੇ ਲਾ ਦਿਉ ਟਰੈਕਟਰ ਦੇ ਭਾਵੇਂ ਟਰੈਕਟਰ ਦੇ ਪਿੱਛੇ ਲਾ ਦਿੰਦਾ ਹਾਂ ਠੀਕ ਆਪਾਂ ਤਾਂ ਆ ਗਏ ਹਾਂ ਬਿਸਤਰੇ 'ਚ ਨਾਪਲੀ ਰਜਾਈ ਅਤੇ ਤੁਹਾਡੇ ਪਾਸੇ ਕਰਦੇ ਹਾਂ ਘੈਂਟ ਜਿਹਾ ਵਲੌਗ ਐਡਿਟ ਗਰਮਾ ਗਰਮ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਅਤੇ ਕਈ ਵੀਰ ਸਵਾਲ ਪੁੱਛ ਲੈਂਦੇ ਆ ਉਹ ਪਿਛਲੇ ਵਲੌਗਾਂ 'ਚ ਗੱਲਾਂ ਦੱਸੀਆਂ ਹੁੰਦੀਆਂ ਤਾਂ ਕਰਕੇ ਦੁਬਾਰਾ ਰਿਪੀਟ ਨਹੀਂ ਕਰੀਦੀਆਂ ਜਿਨ੍ਹਾਂ ਨੇ ਪਿਛਲੇ ਵਲੌਗ ਨਹੀਂ ਵੇਖੇ ਉਹ ਵਲੌਗ ਵੇਖੋ ਤੁਹਾਡੀਆਂ ਕੁਛ ਗੱਲਾਂ ਦੇ ਜਵਾਬ ਉਹਨਾਂ ਵਲੌਗਾਂ 'ਚ ਤੁਹਾਨੂੰ ਮਿਲ ਜਾਣੇ ਆ ਠੀਕ ਆ ਦੁਬਾਰਾ ਦੁਬਾਰਾ ਤੁਸੀਂ ਕਈ ਵੀਰ ਕਮੈਂਟ ਕਰਦੇ ਨਾ ਉਹ ਦੁਬਾਰਾ ਦੁਬਾਰਾ ਗੱਲਾਂ ਦੱਸਦੇ ਅਸੀਂ ਆਪ ਨਹੀਂ ਚੰਗੇ ਲੱਗਦੇ ਸੋ ਲਵ ਯੂ ਆ ਸਾਰਿਆਂ ਨੂੰ ਅਤੇ ਇੱਕ ਗੱਲ ਹੋਰ ਹੀ ਕਈ ਵੀਰ ਕਹਿੰਦੇ ਆ ਕਿ ਬਈ ਅਸੀਂ ਜਦੋਂ 10 ਵਜੇ ਵਲੌਗ ਨਹੀਂ ਪਾਉਂਦਾ ਦੁਬਾਰਾ ਦੁਬਾਰਾ ਚੈਨਲ ਖੋਲ੍ਹ ਕੇ ਵੇਖਣਾ ਪੈਂਦਾ ਵਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਉਹ ਬੈੱਲ ਆਈਕਨ ਦਬਾ ਕੇ ਰੱਖੋ ਔਨ ਕਰਕੇ ਰੱਖੋ ਉਹਨੂੰ ਅਤੇ ਜਦੋਂ ਵੀ ਵਲੌਗ ਕਈ ਵਾਰ ਲੇਟ ਹੋ ਜਾਂਦਾ ਅਪਲੋਡ ਨਹੀਂ ਹੋ ਜਾਂਦਾ ਫਿਰ ਉੱਦਾਂ ਹੀ ਆਪਣਾ ਕੰਮ ਕਰ ਕਰਦੇ ਚੇਤਾ ਭੁੱਲ ਜਾਂਦਾ ਅੱਜ ਚੇਤਾ ਹੀ ਭੁੱਲ ਗਿਆ 10 ਵਜੇ ਅਪਲੋਡ ਕਰਨਾ ਸੀ 11:30 ਹੋ ਗਏ ਮੈਨੂੰ ਫਿਰ ਚੇਤਾ ਆਇਆ ਉਹ ਵੀ ਮੈਂ ਸਨੈਪਚੈਟ ਚਲਾਉਣ ਡਿਆ ਉੱਥੇ ਕਿਸੇ ਦਾ ਮੈਸੇਜ ਆਇਆ ਕਹਿੰਦਾ ਬਾਈ ਵਲੌਗ ਨਹੀਂ ਪਾਇਆ ਅੱਜ ਮੈਂ ਹਲੇ ਵਿੱਚ ਵਲੌਗ ਵੀ ਪਾਉਣਾ ਸੀ ਅਤੇ ਤਾਂ ਕਰਕੇ ਕਿਤੇ ਕਿਤੇ ਚੇਤਾ ਭੁੱਲ ਜਾਂਦਾ ਅਤੇ ਉਹ ਬੈੱਲ ਆਈਕਨ ਨੂੰ ਔਨ ਕਰਕੇ ਰੱਖੋ ਬਾਕੀ ਲਵ ਯੂ ਆ ਘੈਂਟ ਘੈਂਟ ਵਲੌਗ ਤੁਹਾਡੇ ਲਈ ਇੱਦਾਂ ਆਉਂਦੇ ਰਹਿਣਗੇ ਇੱਦਾਂ ਪਿਆਰ ਕਰਦੇ ਰਹੋ ਤੁਸੀਂ ਬਾਏ ਬਾਏ ਲਵ ਯੂ ਆ ਮਿੱਤਰੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ।